आर के नारायण दी कहानी ਘਰ ਵਾਲੀ ਛੁੱਟੀ ਤੇ ਕੰਨਨ ਆਪਣੀ ਝੌਂਪੜੀ ਦੇ ਬੂਹੇ ਤੇ ਬੈਠਿਆ ਪਿੰਡ ਦੇ ਲੋਕਾਂ ਨੂੰ ਆਉਂਦੇ ਜਾਂਦੇ ਦੇਖ ਰਿਹਾ ਸੀ ਤੇਲੀ 사ਮੀ ਆਪਣੇ ਬਲਦ ਨੂੰ ਹੱਕ ਦਾ ਸੜਕ ਤੋਂ ਲੰਘਿਆ ਉਹਨੂੰ ਦੇਖ ਕੇ ਬੋਲਿਆ ਅੱਜ ਆਰਾਮ ਕਰਨ ਦਾ ਦਿਨ ਹੈ ਤਾਂ ਸ਼ਾਮ ਨੂੰ ਮੰਟ ਪੰਮ ਚਾ ਜਾਵੇਂ ਕਈ ਹੋਰ ਲੋਕ ਲੰਘੇ ਪਰ ਕੰਨਨ ਨੇ ਕਿਸੇ ਵੱਲ ਧਿਆਨ ਨਾ ਦਿੱਤਾ ਤੇਲੀ ਦੀ ਗੱਲ ਸੁਣ ਕੇ ਉਹ ਵਿਚਾਰਾਂ ਚ ਗਵਾਚ ਗਿਆ ਮੰਟਪਮ ਟੈਂਕ ਬੰਦ ਪਰ ਪੁਰਾਣੇ ਜ਼ਮਾਨੇ ਦੀ ਖੰਬੇਦਾਰ ਥਾਂ ਸੀ ਜੋ ਹੁਣ ਥਾਂ-ਥਾਂ ਤੋਂ ਟੁੱਟ ਰਹੀ ਸੀ ਕਦੇ-ਕਦੇ ਸ਼ਾਮ ਨੂੰ ਇੱਥੇ ਇਕੱਠੇ ਹੁੰਦੇ ਤੇ ਰੱਜ ਕੇ ਜੂਆ ਖੇਡਦੇ ਕੰਨਨ ਨੂੰ ਨਾ ਸਿਰਫ ਇਹ ਖੇਡ ਪਸੰਦ ਸੀ ਸਗਵੇਂ ਦੀ ਖੁਸ਼ਬੂ ਤੇ ਟੁੱਟੀਆਂ ਹੋਈਆਂ ਮਿਨਾਰਾਂ ਵਿਚਾਲੇੋਂ ਦਿਖਾਈ ਦਿੰਦੀਆਂ ਪਹਾੜੀਆਂ ਵੀ ਬਹੁਤ ਚੰਗੀਆਂ ਲੱਗਦੀਆਂ ਮੰਟਪਮ ਬਾਰੇ ਸੋਚਦੇ ਹੋਏ ਉਹ ਥੋੜਾ ਗੁੰਗਣਾਉਣ ਵੀ ਲੱਗਾ ਉਹ ਜਾਣਦਾ ਸੀ ਉਹਨੂੰ ਇੰਜ ਬੈਠੇ ਦੇਖ ਕੇ ਲੋਕ ਉਹਨੂੰ ਆਲਸੀ ਸਮਝਦੇ ਹੋਣਗੇ ਪਰ ਉਹਨੂੰ ਪਰਵਾਹ ਨਹੀਂ ਸੀ ਉਹ ਕੰਮ ਕਰਨ ਨਹੀਂ ਜਾਏਗਾ ਉਹਨੂੰ ਘਰੋਂ ਬਾਹਰ ਭੇਜਣ ਵਾਲਾ ਹੁਣ ਕੋਈ ਨਹੀਂ ਸੀ ਉਹਦੀ ਘਰਵਾਲੀ ਅਜੇ ਮੁੜੀ ਨਹੀਂ ਸੀ ਉਹਨੇ ਥੋੜੇ ਦਿਨ ਪਹਿਲਾਂ ਹੀ ਮਨ 'ਚ ਮੁਸਕਣੀਆਂ ਲੈਂਦੀ ਉਹਨੂੰ ਪੇਕੇ ਜਾਣ ਲਈ ਰੇੜੇ ਤੇ ਬਿਠਾਇਆ ਸੀ ਉਹਨੂੰ ਉਮੀਦ ਸੀ ਉਹਦੇ ਮਾਂ-ਬਾਪ ਉਹਨੂੰ 10-15 ਦਿਨ ਹੋਰ ਰੁਕਣ ਲਈ ਕਹਿਣਗੇ ਹਾਲਾਂਕਿ ਆਪਣੇ ਛੋਟੇ ਬੇਟੇ ਦੀ ਗੈਰ ਮੌਜੂਦਗੀ ਉਹਨੂੰ ਚੰਗੀ ਨਹੀਂ ਲੱਗਦੀ ਸੀ ਪਰ ਕੰਨਨ ਇਸ ਵਿਛੋੜੇ ਨੂੰ ਘਰਵਾਲੀ ਦੇ ਨਾ ਹੋਣ ਦੀ ਕੀਮਤ ਦੇ ਰੂਪ 'ਚ ਲੈ ਰਿਹਾ ਸੀ ਉਹਨੇ ਸੋਚਿਆ ਜੇ ਉਹ ਇੱਥੇ ਹੁੰਦੀ ਤਾਂ ਕੀ ਮੈਨੂੰ ਇੰਜ ਆਰਾਮ ਨਾਲ ਬੈਠਣ ਦਿੰਦੀ ਉਹਨੂੰ ਹਰ ਰੋਜ਼ 1 ਰੁਪਿਆ ਕਮਾਉਣ ਲਈ ਨਾਰੀਅਲ ਦੇ ਰੁੱਖਾਂ ਤੇ ਚੜਨਾ ਪੈਂਦਾ। ਉਹਨਾਂ ਤੇ ਲੱਗੇ ਕੀੜੇ-ਮਕੌੜੇ ਸਾਫ਼ ਕਰਨੇ ਪੈਂਦੇ। ਨਾਰੀਅਲ ਤੋੜ-ਤੋੜ ਕੇ ਢੇਹਾਂ ਸੁਟਣੇ ਪੈਂਦੇ ਤੇ ਕੰਜੂਸ ਠੇਕੇਦਾਰ ਨਾਲ ਪੈਸਿਆਂ ਵਾਸਤੇ ਲੜਨਾ-ਝਗੜਨਾ ਪੈਂਦਾ। ਹੁਣ ਉਹ ਘਰਵਾਲੀ ਦੇ ਨਾਂ ਹੋਣ ਤਾਂ ਪੂਰਾ ਲਾਭ ਲੈਣ ਲਈ ਪੂਰਾ ਦਿਨ ਘਰੇ ਪਿਆ ਆਰਾਮ ਕਰਦਾ ਰਹਿੰਦਾ। ਪਰ ਹੁਣ ਇਹ ਹਾਲਤ ਹੋ ਗਈ ਸੀ ਕਿ ਉਹਦੇ ਕੋਲ ਇੱਕ ਪੈਸਾ ਵੀ ਨਾ ਬਚਿਆ ਤੇ ਪੈਸੇ ਲਈ ਅੱਜ ਹੀ ਉਹਨੂੰ ਰੁੱਖ ਤੇ ਚੜਨਾ ਲਾਜ਼ਮੀ ਹੋ ਗਿਆ। ਉਹਨੇ ਆਪਣੇ ਹੱਥ ਤੇ ਪੈਰ ਪਸਾਰੇ ਤੇ ਸੋਚਣ ਲੱਗਾ ਕਿ ਹੁਣ ਉਹਨੂੰ ਰੁੱਖਾਂ ਤੇ ਚੜਨਾ ਕਿਵੇਂ ਲੱਗੇਗਾ ਅਸਲ 'ਚ ਵੱਡੇ ਘਰ ਦੇ ਪਿੱਛੇ ਲੱਗੇ ਦਸੇ ਰੁੱਖ ਉਹਨਾਂ ਦਾ ਦੇਖਭਾਲ ਦੀ ਮੰਗ ਕਰ ਰਹੇ ਸਨ ਤੇ ਜਲਦੀ ਤੋਂ ਜਲਦੀ ਇਹ ਕੰਮ ਕਰਨਾ ਚਾਹੀਦਾ ਸੀ ਪਰ ਇਹ ਸੰਭਵ ਨਹੀਂ ਸੀ ਉਹਦੇ ਹੱਥ ਤੇ ਪੈਰ ਕੈੜੇ ਪੈ ਗਏ ਮੰਟਪਮ ਜਾਣ ਲਈ ਕੀ ਰਹਿ ਗਏ ਸਨ ਪਰ ਉੱਥੇ ਖਾਲੀ ਹੱਥ ਜਾਣਾ ਵੀ ਸਹੀ ਨਹੀਂ ਸੀ ਜੇ ਉਹਦੇ ਕੋਲ ਇੱਕ ਚਵਾਨੀ ਵੀ ਹੁੰਦੀ ਤਾਂ ਉਹ ਸ਼ਾਮ ਨੂੰ ਉੱਥੋਂ ਇੱਕ ਰੁਪਿਆ ਬਣਾ ਕੇ ਲਿਆ ਸਕਦਾ ਸੀ ਪਰੀਾਰਤ ਉਹਨੂੰ ਆਪਣੀ ਘਰਵਾਲੀ ਤੇ ਗੁੱਸਾ ਆਉਣ ਲੱਗਾ ਜੋ ਇਹ ਨਹੀਂ ਸਮਝਦੀ ਕਿ ਆਪਣੀ ਮਿਹਨਤ ਦੀ ਕਮਾਈ 'ਚ ਉਹ ਇੱਕ ਕੰਨਾ ਵੀ ਰੱਖਣ ਦਾ ਹੱਕਦਾਰ ਹੈ ਉਹਦੇ ਕੋਲ ਇੱਕ ਚਵਾਨੀ ਵੀ ਨਹੀਂ ਸੀ ਜਿਹਨੂੰ ਆਪਣੀ ਕਹਿ ਸਕਦਾ ਉਹ ਸਾਲਾਂ ਤੋਂ ਕਮਾਈ ਲਈ ਹੱਡ ਭੰਨਵੀ ਮਸ਼ੱਕਤ ਕਰਦਾ ਰਿਹਾ ਸੀ ਜਦੋਂ ਤੋਂ ਖੈਰ ਉਹਨੇ ਇਸ ਬਾਰੇ ਸੋਚਣਾ ਬੰਦ ਕਰਤਾ ਕਿਉਂਕਿ ਇਸ ਕਰਕੇ ਉਹਨੂੰ ਗਿਣਤੀ ਝੁਲਜਣਾ ਪੈਂਦਾ ਸੀ ਤੇ ਜੂਏ ਦੀਆਂ ਗਿਣਤੀਆਂ ਤੋਂ ਇਲਾਵਾ ਉਹਨੂੰ ਹੋਰ ਕੋਈ ਗਿਣਤੀ ਸਮਝ ਨਾ ਪੈਂਦੀ ਉਦੋਂ ਹੀ ਉਹਨੂੰ ਕੁਝ ਸੁਝਿਆ ਤੇ ਉੱਠ ਕੇ ਘਰ ਅੰਦਰ ਚਲਾ ਗਿਆ। ਨੁੱਕਰ 'ਚ ਇੱਕ ਵੱਡਾ ਟੀਨ ਦਾ ਬਕਸਾ ਰੱਖਿਆ ਸੀ ਜਿਹਨੂੰ ਉਹਨੇ ਕਈ ਸਾਲ ਪਹਿਲਾਂ ਕਾਲੇ ਰੰਗ ਨਾਲ ਰੰਗਿਆ ਸੀ। ਇਹ ਘਰ ਦੀ ਸਭ ਤੋਂ ਅਹਿਮ ਚੀਜ਼ ਸੀ। ਬਕਸਾ ਉਹਦੇ ਘਰ ਵਾਲੇ ਦਾ ਸੀ। ਉਹਦੇ ਸਾਹਮਣੇ ਬੈਠ ਗਿਆ ਤੇ ਉਹਨੂੰ ਖੋਲਣ ਲੱਗਾ। ਉਹਦਾ ਤਾਲਾ ਬੜਾ ਮਜ਼ਬੂਤ ਸੀ। ਸਖਤ ਲੋਹੇ ਦਾ ਬਣਿਆ ਜਿਹਦੇ ਕਿਨਾਰੇ ਵੀ ਬੜੇ ਤਿੱਖੇ ਸਨ। ਉਹਨੇ ਤਾਲਾ ਫੜ ਕੇ ਆਪਣੇ ਵੱਲ ਖਿੱਚਿਆ। ਹੈਰਾਨੀ ਦੀ ਗੱਲ ਹੈ ਉਹ ਆਪਣੇ ਆਪ ਖੁੱਲ ਗਿਆ। ਰੱਬ ਮੇਰੇ ਤੇ ਬੜਾ ਮਿਹਰਬਾਨ ਹੈ ਇਹ ਸੋਚ ਕੇ ਉਹਨੇ ਬਕਸੇ ਦਾ ਢੱਕਣ ਖੋਲ੍ਹਿਆ ਉਸ ਵਿੱਚ ਘਰਵਾਲੀ ਦੀਆਂ ਕੀਮਤੀ ਚੀਜ਼ਾਂ ਰੱਖੀਆਂ ਸੀ ਕੁਝ ਜੈਕਟ ਤੇ ਦੋ ਤਿੰਨ ਸਾਰੀਆਂ ਜਿਸ ਚੋ ਇੱਕੋ ਨੇ ਵਿਆਹ ਸਮੇਂ ਖੁਦ ਪੇਟ ਕੀਤੀ ਸੀ ਉਹਨੂੰ ਹੈਰਾਨੀ ਹੋਈ ਕਿ ਉਹਨੇ ਅਜੇ ਤੱਕ ਸੰਭਾਲ ਕੇ ਰੱਖਿਆ ਹੈ ਹਾਲਾਂਕਿ ਇਹ ਗਿਣਤੀ ਦੀ ਸਮੱਸਿਆ ਫੇਰ ਸਾਹਮਣੇ ਆ ਜਾਣ ਕਰਕੇ ਉਹਥੇ ਰੁਕ ਗਿਆ ਉਹਨੇ ਇਸ ਨੂੰ ਇਸ ਲਈ ਇੰਨਾ ਸੰਭਾਲ ਕੇ ਰੱਖਿਆ ਕਿਉਂਕਿ ਉਹ ਚੰਗੀ ਚੀਜ਼ ਦੀ ਵਰਤੋਂ 'ਚ ਬੜੀ ਕੰਜੂਸ ਹੈ ਇਹ ਸੋਚ ਕੇ ਉਹ ਹੱਸਿਆ ਫਿਰ ਕੱਪੜੇ ਉਹਨੇ ਢੇਠਾਂ ਰੱਖ ਦਿੱਤੇ ਲੱਕੜੀ ਦੇ ਉਸ ਡੱਬੇ ਦੀ ਭਾਲ ਕਰਨ ਲੱਗਾ ਜਿਸ 'ਚ ਉਹ ਪੈਸਾ ਰੱਖਦੀ ਸੀ ਡੱਬਾ ਬਿਲਕੁਲ ਖਾਲੀ ਸੀ ਇਲਾਵਾ ਇੱਕ ਪੈਸੇ ਦੇ ਜੋ ਕਿਸਮਤ ਲਈ ਰੱਖਿਆ ਗਿਆ ਸੀ ਕਿੱਥੇ ਗਿਆ ਸਾਰਾ ਪੈਸਾ ਉਹਨੇ ਗੁੱਸੇ ਨਾਲ ਭਰ ਕੇ ਸੋਚਿਆ ਉਹ ਆਪਣੇ ਭਰਾ ਜਾਂ ਕਿਸੇ ਹੋਰ ਲਈ ਸਾਰਾ ਪੈਸਾ ਕੱਢ ਕੇ ਲੈ ਗਈ ਹੋएगी ਮੈਂ ਇੱਥੇ ਸਾਰਾ ਦਿਨ ਮਿਹਨਤ ਕਰਦਾ ਉਹਦੇ ਭਰਾ ਲਈ ਅਗਲੀ ਵਾਰ ਭਰਾ ਦਿਖਾਈ ਦਿੱਤਾ ਤਾਂ ਉਹਦੀ ਧੌਣ ਮਰੋੜ ਦਿਆਂਗਾ ਇਹ ਸੋਚ ਕੇ ਉਹਨੂੰ ਬੜਾ ਸੰਤੋਖ ਹੋਇਆ ਬਕਸੇ ਦੀ ਹੋਰ ਤਲਾਸ਼ੀ ਲੈਨੇ ਆ ਉਹਨੂੰ ਕੋਨੇ 'ਚ ਰੱਖਿਆ ਇੱਕ ਸਿਗਰਟ ਦਾ ਟੀਨ ਹੱਥ ਲੱਗਾ ਉਹਨੂੰ ਹਿਲਾਇਆ ਤਾਂ ਅੰਦਰ ਰੱਖੇ ਸਿੱਕੇ ਵੱਜਣ ਲੱਗੇ ਇਹ ਡੱਬਾ ਦੇਖ ਕੇ ਉਹਨੂੰ ਬੜਾ ਚੰਗਾ ਲੱਗਿਆ ਇਹ ਲਾਲ ਟੀਨ ਉਹਦੇ ਬੱਚੇ ਦਾ ਸੀ ਉਹਨੂੰ ਯਾਦ ਆਇਆ ਕਿਵੇਂ ਇੱਕ ਦਿਨ ਉਹਦਾ ਬੱਚਾ ਯਾਤਰੀਆਂ ਦੇ ਬੰਗਲੇ ਦੇ ਪਿੱਛੇ कूੜੇ ਦੇ ਢੇਰ 'ਚੋਂ ਇਹਨੂੰ ਲੱਭ ਲਿਆ ਸੀ ਛਾਤੀ 'ਚ ਲੁਕਾ ਕੇ ਭੱਜਦੇ ਹੋਏ ਆ ਕੇ ਉਹਨੇ ਉਹਨੂੰ ਇਹ ਦਿਖਾਇਆ ਸੀ ਪਹਿਲਾਂ ਤਾਂ ਪੂਰਾ ਦਿਨ ਇਸ ਟੀਨ ਨਾਲ ਸੜਕ ਤੇ ਖੇਡਦਾ ਰਿਹਾ ਇਸ ਰੇਤ ਪਰ ਦਾ ਫੇਰ ਸੁੱਟ ਦਿੰਦਾ ਫੇਰ ਭਰਦਾ ਫਿਰ ਕੰਨਨ ਨੇ ਉਹਨੂੰ ਕਿਹਾ ਵੀ ਲਿਆ ਇਹਦੀ ਗੋਲਕ ਬਣਾ ਦਿੰਨੇ ਆ ਜਿਸ ਚ ਤੂੰ ਪੈਸੇ ਜਮਾ ਕਰੀ ਪਹਿਲਾਂ ਤਾਂ ਮੁੰਡਾ ਇਹਦੇ ਲਈ ਤਿਆਰ ਨਾ ਹੋਇਆ ਤੇ ਜਦੋਂ ਕੰਨਨ ਨੇ ਬੜੇ ਵਿਸਥਾਰ ਨਾਲ ਗੋਲਕ ਚ ਪੈਸੇ ਰੱਖਣ ਦੇ ਤਰੀਕੇ ਸਮਝਾਏ ਤੋਂ ਮੰਨ ਗਿਆ ਫੌਰਨ ਬਣਾ ਕੇ ਦੇਣ ਲਈ ਜ਼ਿੱਦ ਕਰਨ ਲੱਗਾ ਤੇ ਬੋਲਿਆ ਜਦੋਂ ਇਹ ਪੈਸਿਆਂ ਨਾਲ ਭਰ ਜਾਏਗੀ ਤਾਂ ਮੈਂ ਉਸ ਵੱਡੇ ਘਰ ਦੇ ਲੜਕੇ ਕੋਲ ਇਹੋ ਜਿਹੀ ਜਿਹੋ ਜੀ ਮੋਟਰ ਹੈ ਉਹ ਜੀ ਮੈਂ ਵੀ ਖਰੀਦੂੰਗਾ ਮੂੰ ਨਾਲ ਵਜਾਉਣ ਵਾਲਾ ਵਾਜਾ ਲਵਾਵਾਂਗਾ ਇੱਕ ਖਰੀ ਪੈਨਸਲ بیٹے ਦੀ ਯੋਜਨਾ ਸੁਣ ਕੇ ਕਨਨ ਜ਼ੋਰ ਨਾਲ ਹੱਸਿਆ ਉਹ ਲੋਹਾਰ ਕੋਲ ਡੱਬਾ ਲੈ ਗਿਆ ਉਹਦਾ ਮੂੰਹ ਬੰਦ ਕਰਵਾ ਕੇ ਉਸ ਵਿੱਚ ਪੈਸੇ ਪਾਉਣ ਲਾਇਕ ਇੱਕ ਚੇਕ ਬਣਵਾ ਲਿਆ ਹੁਣ ਇਹ ਲੜਕੇ ਦੀ ਸਭ ਤੋਂ ਖਾਸ ਚੀਜ਼ ਬਣ ਗਿਆ ਤੇ ਉਹ ਅਕਸਰ ਉਹਨੂੰ ਪਿਤਾ ਕੋਲ ਰੱਖ ਕੇ ਪੈਸਾ ਪਵਾ ਲੈਂਦਾ ਅਕਸਰ ਪਿਤਾ ਨੂੰ ਪੁੱਛਦਾ ਕਿ ਹੁਣ ਪੂਰਾ ਭਰ ਗਿਆ ਮੈਂ ਇਹਨੂੰ ਕਦੋਂ ਖੋਲ ਸਕੂੰਗਾ ਇਨੂ ਆਪਣੀ ਮਾਂ ਦੇ ਬਕਸੇ 'ਚ ਸਾੜੀਆਂ ਦੀ ਤਹਿ ਅੰਦਰ ਚੰਗੀ ਤਰ੍ਹਾਂ ਲੁਕਾ ਕੇ ਰੱਖਦਾ ਤੇ ਦੇਖਦਾ ਕਿ ਬਕਸੇ ਦਾ ਤਾਲਾ ਚੰਗੀ ਤਰ੍ਹਾਂ ਬੰਦ ਕਰਤਾ ਹੈ ਜਾਂ ਨਹੀਂ। ਉਹਨੂੰ ਦੇਖ ਕੇ ਮਾਂ ਅਕਸਰ ਕਹਿੰਦਾ بڑا ਸਮਝਦਾਰ ਲੜਕਾ ਹੈ। ਇਹ ਬੜੇ ਕੰਮ ਕਰੇਗਾ। ਮੈਂ ਇਹਨੂੰ ਸ਼ਹਿਰ ਦੇ ਸਕੂਲ 'ਚ ਪੜਨ ਭੇਜਾਂਗਾ। ਹੁਣ ਕਰਨਨ ਨੇ ਡੱਬਾ ਚੁੱਕਿਆ। ਉਹਨੂੰ ਹਿਲਾ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ 'ਚ ਕਿੰਨੇ ਪੈਸੇ ਹੋਣਗੇ। ਘਰ ਵਾਲੀ ਖਿਲਾਫ ਭਾਵਨਾ ਹੋਣ ਕਾਰਨ ਅਚਾਨਕ ਉਹਨੂੰ ਨਵਾਂ ਵਿਚਾਰ ਆਇਆ। ਉਹਨੇ ਕੋਸ਼ਿਸ਼ ਕੀਤੀ ਡੱਬੇ 'ਚੋਂ ਪੈਸੇ ਬਾਹਰ ਨਿਕਲਣ। ਹਰ ਇੱਕ ਪੈਸਾ ਵੀ ਬਾਹਰ ਨਹੀਂ ਆਇਆ ਲੋਹਾਰ ਨੇ ਉਹਦਾ ਛੇਕ ਬੜੀ ਕੁਸ਼ਲਤਾ ਨਾਲ ਇੰਨਾ ਹੀ ਬਣਾਇਆ ਸੀ ਕਿ ਸਿਕੰਦਰ ਤਾਂ ਚਲਾ ਜਾਵੇ ਬਾਹਰ ਨਾ ਆ ਸਕੇ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਪੈਸਾ ਬਾਹਰ ਨਹੀਂ ਕੱਢ ਸਕਦੀ ਇੱਕ ਮਿੰਟ ਬਾਅਦ ਉਹ ਡੱਬਾ ਹਿਲਾਉਣਾ ਰੋਕ ਕੇ ਸੋਚਣ ਲੱਗਾ ਆਪਣੇ ਬੇਟੇ ਦੀ ਗੋਲਕ ਚੋਂ ਪੈਸਾ ਬਾਹਰ ਕੱਢ ਕੇ ਕਿ ਉਹ ਠੀਕ ਕਰ ਰਿਹਾ ਹੈ ਮਨਚੀ ਜਵਾਬ ਆਇਆ ਕਿਉਂ ਨਹੀਂ ਕਿ ਬਾਪ ਤੇ ਬੇਟਾ ਇੱਕ ਨਹੀਂ ਹੁੰਦੇ ਇੰਨਾ ਹੀ ਨਹੀਂ ਮੈਂ ਤਾਂ ਇਹ ਰਕਮ ਦੋਣੀ ਕਰਨ ਜਾ ਰਿਹਾ ਹਾਂ ਜਿਨੂੰ ਬਾਅਦ 'ਚ ਇਸ ਵਿੱਚ ਰੱਖ ਦੇਵਾਂਗਾ ਇਸ ਤਰ੍ਹਾਂ ਮੈਂ ਡੱਬਾ ਖੋਲ੍ਹ ਕੇ ਬੇਟੇ ਦਾ ਭਲਾਈ ਕਰ ਰਿਹਾ ਫੈਸਲਾ ਹੋ ਗਿਆ ਉਹ ਚੁਫੇਰੇ ਦੇਖਣ ਲੱਗਾ ਕੋਈ ਚੀਜ਼ ਮਿਲ ਜਾਏ ਜਿਸ ਨਾਲ ਛੇਕ ਨੂੰ ਵੱਡਾ ਕੀਤਾ ਜਾ ਸਕੇ ਉਹਨੇ ਫालतू ਪਈਆਂ ਬਹੁਤ ਸਾਰੀਆਂ ਚੀਜ਼ਾਂ ਦਾ ਡੱਬਾ ਲੱਭ ਲਿਆ ਬੋਤਲ ਡਾਂਟ ਜੁੱਤੇ ਦਾ ਤਲਾ ਰੱਸੀ ਵਗੈਰਾ ਪਰ ਕੋਈ ਨੁਕੀਲੀ ਚੀਜ਼ ਉਹਨੂੰ ਨਾ ਮਿਲੀ ਚਾਕੂ ਕਿੱਥੇ ਚਲਾ ਗਿਆ ਉਹਨੂੰ ਘਰ ਵਾਲੀ ਤੇ ਫਿਰ ਗੁੱਸਾ ਆਇਆ ਔਰਤਾਂ ਕਿਉਂ ਹਰ ਚੀਜ਼ ਲੁਕਾ ਕੇ ਰੱਖਦੀਆਂ ਹੋ ਸਕਦਾ ਉਹ ਚਾਕੂ ਵੀ ਭਰਾ ਲਈ ਲੈ ਗਈ ਹੋਵੇ ਡੱਬਾ ਲੈ ਕੇ ਉਹਨੂੰ ਜ਼ਮੀਨ ਤੇ ਜ਼ੋਰ-ਜ਼ੋਰ ਨਾਲ ਮਾਰਨ ਲੱਗਾ ਇਸ ਨਾਲ ਉਹ ਚਿੱਬਾ ਹੋ ਗਿਆ ਉਹਦੀ ਸ਼ਕਲ ਵਿਗੜ ਗਈ ਪਰ ਪੈਸਾ ਬਾਹਰ ਨਾ ਆਇਆ ਉਹਨੇ ਇੱਧਰ-ਉੱਧਰ ਵੇਖਿਆ ਕੰਧ ਦੇ ਇੱਕ ਕਿੱਲ ਸਹਾਰੇ ਦੇਵਤੇ ਦੀ ਮੜੀ ਤਸਵੀਰ ਟੰਗੀ ਸੀ ਤਸਵੀਰ ਲਾ ਕੇ ਉਹਨੇ ਕਿੱਲ ਬਾਹਰ ਕੱਢ ਲਿਆ ਜ਼ਮੀਨ ਤੇ ਪਏ ਦੇਵਤੇ ਨੂੰ ਦੇਖ ਕੇ ਉਹਦਾ ਮਨ ਖਰਾਬ ਹੋਇਆ ਉਹਨੇ ਝੁੱਕ ਕੇ ਉਹਦੇ ਪੈਰਾਂ ਤੇ ਸਿਰ ਲਾਇਆ ਫਿਰ ਉਹਨੇ ਇੱਕ ਪੱਥਰ ਚੁੱਕਿਆ ਕਿਲ ਡੱਬੇ ਦੇ ਛੇਕ ਤੇ ਰੱਖ ਕੇ ਉਹਨੂੰ ਠੋਕਣ ਲੱਗਾ ਕਿਲ ਤਿਲਕ ਗਿਆ ਪੱਥਰ ਉਹਦੇ ਅੰਗੂਠੇ ਤੇ ਜਾ ਵਜਾ ਅੰਗੂਠਾ ਨੀਲਾ ਪੈ ਗਿਆ ਤੇ ਦਰਦ ਨਾਲ ਉਹ ਚੀਕਿਆ ਡੱਬਾ ਜ਼ਮੀਨ ਤੇ ਸੁੱਟ ਦਿੱਤਾ ਡੱਬਾ ਨੁੱਕਰ ਚ ਪਿਆ ਜਿਸ ਵੱਲੋਂ ਨੇ ਜ਼ਹਿਰੀਲੀ ਨਜ਼ਰ ਮਾਰੀ ਕੁੱਤੇ ਉਹਨੇ ਫਸਫਸਾ ਕੇ ਕਿਹਾ ਤੇ ਫਿਰ ਅੰਗੂਠਾ ਫੜ ਕੇ ਵਿਲਕਣ ਲੱਗਾ ਫਿਰ ਬੋਲਿਆ ਹੁਣ ਮੈਂ ਤੇਰੇ ਨਾਲ ਜ਼ਰੂਰ ਨਿਬੜਾਂਗਾ ਉਹ ਰਸੋਈ ਚ ਗਿਆ ਉਥੋਂ ਪੱਥਰ ਦੀ ਵੱਡੀ ਮੂਸਲੀ ਦੋਵਾਂ ਹੱਥਾਂ ਨਾਲ ਸਿਰ ਤੇ ਚੁੱਕ ਲਿਆ ਆ। ਫਿਰ ਉਹਨੂੰ ਡੱਬੇ ਤੇ ਜ਼ੋਰ ਦੀ ਦੇ ਮਾਰਿਆ। ਡੱਬਾ ਪਿਚੱਕੇ ਦੂਰਾ ਹੋ ਗਿਆ ਤੇ ਫਟ ਵੀ ਗਿਆ। ਉਹਦੇ ਅੰਦਰੋਂ ਪੈਸੇ ਕੱਢੇ ਤੇ ਭੁੱਖੇ ਵਾਂਗ ਉਹਨਾਂ ਨੂੰ ਗਿਣਨ ਲੱਗਾ। ਕੁੱਲ 69 ਤਿੰਨ ਪੈਸੇ ਦੇ ਸਿੱਕੇ ਸੀ। ਪੈਸੇ ਉਹਨੇ ਤੋਤੀ ਦੀ ਕਮਰ ਚ ਕੱਸ ਕੇ ਬੰਨੇ ਬਾਹਰ ਨਿਕਲ ਆਇਆ। ਮੰਟਪਮ ਚ ਕਿਸਮਤ ਨੇ ਉਹਦਾ ਸਾਥ ਨਹੀਂ ਦਿੱਤਾ। ਜੈਨ ਜਿ ਕਹੀਏ ਕਿ ਕਿਸਮਤ ਨੇੜੇ ਵੀ ਨਾ ਟੁੱਕੀ। ਥੋੜੀ ਦੇਰ ਚੋਂ ਸਾਰੇ ਪੈਸੇ ਹਾਰ ਗਿਆ। ਇਸ ਤੋਂ ਬਾਅਦ ਕੁਝ ਦਿਰ ਉਹ ਉਧਾਰ ਤੇ ਖੇਡਦਾ ਰਿਹਾ। ਪਰ ਦੂਸਰੇ ਨਹੀਂ ਕਿਹਾ ਕਿ ਉਹ ਹਟ ਜਾਏ ਤੇ ਪੈਸੇ ਵਾਲਿਆਂ ਨੂੰ ਖੇਡਣ ਦੇਵੇ ਉੱਠ ਕੇ ਬਾਹਰ ਨਿਕਲ ਗਿਆ ਘਰਵਾਲ ਮੁੜਿਆ ਸੂਰਜ ਅਜੇ ਟਲਿਆ ਨਹੀਂ ਸੀ ਜਦੋਂ ਗਲੀ ਅੰਦਰ ਵੜਿਆ ਉਹਨੇ ਦੇਖਿਆ ਸਾਹਮਣੇ ਉਹਦੀ ਘਰਵਾਲੀ ਸਿਰ ਤੇ ਪੋਟਲੀ ਰੱਖੀ ਹੱਥ ਨਾਲ ਬੇਟੇ ਨੂੰ ਫੜੀ ਤੁਰੀ ਆ ਰਹੀ ਸੀ ਕਰਨ ਸਹਿਮ ਗਿਆ ਇਹ ਸੁਪਨਾ ਵੀ ਹੋ ਸਕਦਾ ਹੈ ਉਹਨੇ ਸੋਚਿਆ ਧਿਆਨ ਨਾਲ ਵੇਖਿਆ ਘਰਵਾਲੀ ਨੇੜੇ ਆ ਗਈ ਕਹਿਣ ਲੱਗੀ ਬਸ ਆ ਰਹੀ ਸੀ ਮੈਂ ਸੋਚਿਆ ਘਰ ਮੁੜ ਚੱਲਾਂ ਉਹ ਦਰਵਾਜ਼ੇ ਵੱਲ ਵਧਣ ਲੱਗੇ ਕੰਨਨ ਡਰ ਕੇ ਦੇਖਣ ਲੱਗਾ ਉਹਦਾ ਬਕਸਾ ਅੰਦਰ ਖੁੱਲਾ ਪਿਆ ਸੀ ਸਮਾਨ ਖਿਲਰਿਆ ਹੋਇਆ ਜ਼ਮੀਨ ਤੇ ਭਗਵਾਨ ਦੀ ਤਸਵੀਰ بیٹے ਦਾ ਟੁੱਟਾ ਡੱਬਾ ਘਰ ਚ ਪੈਰ ਰੱਖਦੇ ਉਹਨੂੰ ਇਹ ਸਭ ਦਿਖਾਈ ਦੇਗਾ ਹਾਲਤ ਨਿਰਾਸ਼ਾਜਨਕ ਸੀ ਉਹਨੇ ਮਸ਼ੀਨ ਵਾਂਗ ਦਰਵਾਜ਼ਾ ਖੋਲਿਆ ਤੋ ਇਸ ਤਰ੍ਹਾਂ ਕੇ ਦੇਖ ਰਿਹਾ ਘਰ ਵਾਲੀ ਨੇ ਪੁੱਛਿਆ ਤੇ ਅੰਦਰ ਚਲੀ ਗਈ بیٹے ਨੇ ਦੋ ਪੈਸੇ ਕੱਢ ਕੇ ਉਹਨੂੰ ਦਿੱਤੇ ਚਾਚਾ ਨੇ ਮੈਨੂੰ ਦਿੱਤੇ ਸੀ ਇਹਨਾਂ ਨੂੰ ਵੀ ਗੋਲਕ ਚ ਰੱਖ ਦੇਵਾਂਗੇ ਕੰਨਨ ਨੇ ਪਰੇਸ਼ਾਨੀ ਚ ਟੀਕ ਮਾਰੀ ਲੜਕੇ ਨੇ ਪੁੱਛਿਆ ਤੁਸੀਂ ਇਹ ਕੀ ਕਰ ਰਹੇ ਹੋ ਕੰਨਨ ਨੇ ਆਪਣਾ ਨੀਲਾ ਗੋਠਾ ਵਖਾ ਕੇ ਕਿਹਾ ਬੜੀ ਸੱਟ ਲੱਗੀ ਐ ਅਜ ਹੋਰ ਕੋਈ ਗੱਲ ਨਹੀਂ ਤੇ ਉਹਨਾਂ ਦੇ ਪਿੱਛੇ ਨਤੀਜੇ ਬਾਰੇ ਸੋਚਦਾ ਹੋਇਆ ਘਰ ਅੰਦਰ ਦਾਖਲ ਹੋਇਆ ਧੰਨਵਾਦ